मॉडल टाउन फेस 3 ਦੇ ਵਿੱਚ ਡਿੱਗਿਆ ਬਿਜਲੀ ਦਾ ਟਾਵਰ। ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਇੱਥੇ ਇਸ ਦੇ ਨਾਲ ਇੱਕ ਬਾਈਪਾਸ ਨਿਕਲ ਰਿਹਾ ਸੀ ਜਿਸ ਦੀ ਸੜਕ ਦੀ ਖੁਦਾਈ ਹੋ ਰਹੀ ਸੀ ਤੇ ਨੀਚੇ ਤੋਂ ਸੜਕ ਪੋਲੀ ਹੋਣ ਕਾਰਨ ਮੀਂਹ ਤੇ ਹਨੇਰੀ ਕਾਰਨ ਟਾਵਰ ਡਿੱਗ ਗਿਆ ਹੈ। ਮਹਿਕਮਾ ਇਸ ਤੇ ਕੰਮ ਕਰ ਰਿਹਾ ਹੈ, ਜਲਦੀ ਹੀ ਟਾਵਰ ਨੂੰ ਖੜਾ ਕਰਕੇ ਇਸ ਦੀ ਬਿਜਲੀ ਦੀ ਸਪਲਾਈ ਚਾਲੂ ਕੀਤੀ ਜਾਵੇਗੀ। ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਕੱਲ ਤੇਜ਼ ਮੀਂਹ ਤੇ ਹਨੇਰੀ ਕਾਰਨ ਇਹ ਟਾਵਰ ਡਿੱਗ ਗਿਆ ਹੈ, ਅਸੀਂ ਇਸ ਤੇ ਜਲਦੀ ਟਾਵਰ ਨੂੰ ਖੜਾ ਕਰਕੇ ਬਿਜਲੀ ਚਾਲੂ ਕਰ ਦੇਵਾਂਗੇ। ਇੰਜੀਨੀਅਰ ਵਿਸ਼ਨੂੰ ਇਹ ਕੱਲ੍ਹ ਆਪਾਂ ਨੂੰ ਪਤਾ ਜਿਵੇਂ ਵੀ ਮੀਂਹ ਵੀ ਆਇਆ ਅਤੇ ਜੀ ਹਨੇਰੀ ਵੀ ਆਈ ਹੈ ਤਾਂ ਉਸ ਕਰਕੇ ਇਹ ਟਾਵਰ ਆ ਗਿਆ ਜੀ, ਥੱਲੇ ਆ ਗਿਆ। ਨਹੀਂ ਨੁਕਸਾਨ ਕੋਈ ਨਹੀਂ ਆਪਣਾ, ਇਹਦੇ ਵਿੱਚੋਂ ਆਪਣੀਆਂ ਇਹਦੇ ਅੰਦਰ ਦੀ ਟੱਪਦੀਆਂ ਸੀਗੀਆਂ ਜੀ ਲਾਈਨਾਂ, ਅਤੇ ਬਸ ਉਹਨਾਂ ਨੂੰ ਇਹ ਫਿਰ ਠੀਕ ਜੀ ਅਸੀਂ ਕਰਵਾ ਦਿਆਂਗੇ। ਅੱਛਾ, ਕਿਹੜੀ ਥਾਂ 'ਤੇ? ਇਹ ਮਾਡਲ ਟਾਊਨ ਫੇਸ 3 ਖੜ੍ਹੇ ਹਾਂ ਜੀ। ਮਨਜੀਤ ਸਿੰਘ, ਇੱਥੇ ਬੇਸਿਕਲੀ ਹਨੇਰੀ ਦੇ ਮੀਂਹ ਕਰਕੇ ਨਾ ਟਾਵਰ ਥੱਲੇ ਆ ਗਿਆ, ਮਤਲਬ ਇਹਦੇ ਵਿੱਚ ਦੀ ਕ੍ਰੋਸ ਕਰ ਰਹੀ ਸੀ ਰੇਲ ਪੁਲ ਦੀਆਂ ਲਾਈਨ ਦੀਆਂ ਕਨੈਕਟਰ ਹੈ ਨਾ, ਉਹ ਲਾਈਨ ਫੇਸ 3 ਗ੍ਰਿਡ ਨੂੰ ਕਨੈਕਟ ਕਰਦੀ ਹੈ, ਉਹ ਮਤਲਬ ਥੱਲੇ ਆਉਣ ਕਰਕੇ ਉਹ ਤਾਰਾਂ ਵਿੱਚ ਆ ਗਈਆਂ। ਬਸ ਇਹਨੂੰ ਕਲੀਅਰ ਕਰਵਾ ਰਹੇ ਹਾਂ ਅਸੀਂ, ਟਾਵਰ ਟੂਵਰ ਕਟਵਾ ਕੇ। ਨੁਕਸਾਨ ਬੜਾ ਕੁਛ ਨਹੀਂ ਹੋਇਆ, ਅਤੇ ਬਸ ਆਹੀ ਹੈ, ਬਸ ਟਾਵਰ ਇਹਨੂੰ ਫ੍ਰੀ ਕਰਕੇ ਅਤੇ ਸਪਲਾਈ ਦੇ ਮਤਲਬ ਜਲਦੀ ਚਲਾਉਣ ਦੀ ਕੋਸ਼ਿਸ਼ ਹੈ, ਜਲਦੀ ਚਲਦੀ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।